ਆਮ ਇੰਤਖਾਬਾਤ 25 ਜੁਲਾਈ ਕੁ ਥੇ ਸਨ। ਸਦਰ ਮਮਨੂਨ ਹੁਸੈਨ ਇਲੈਕਸ਼ਨ ਕਮਿਸ਼ਨ ਦੀ ਭੇਜੀ ਗਈ ਸਮਰੀ ਤੇ ਤਾਰੀਖ ਦੀ ਮਨਜ਼ੂਰੀ ਦੇ ਦਿੱਤੀ। ਵਜ਼ੀਰ ਆਜ਼ਮ ਸੱਖਰ ਮੁਲਤਾਨ ਮੋਟਰਵੇ ਦੇ ਸ਼ੁਜਾਬਾਦ ਸੈਕਸ਼ਨ ਦਾ ਇਫਤਤਾਹ ਕਰਤਾ। ਤਕਰੀਬ ਤੋਂ ਖਿਤਾਬ ਚ ਆਖਿਆ ਜੋ ਮੌਜੂਦਾ ਹਕੂਮਤ ਜਿਹੜੇ ਵਾਅਦੇ ਕਿਤੇ ਊਂ ਤੂੰ ਵੱਧ ਤੇ ਕੰਮ ਕੀਤਾ। ਮੁਲਤਾਨ ਤੋਂ ਸੱਖਰ ਮੋਟਰਵੇ 294 ਅਰਬ ਰੁਪਏ ਦਾ ਮਨਸੂਬਾ ਹੈ। ਹੁਣ ਪੂਰੇ ਮੁਲਕ ਚ ਮੁਸਲਿਮ ਲੀਗ ਨੂੰ ਦੇ ਤਰੱਕਿਆਤੀ ਮਨਸੂਬੇ ਨਜ਼ਰ ਆ ਸਨ। ਇਹ ਹਕੂਮਤ ਉਹ ਕੁਝ ਡਿਲੀਵਰ ਕੀਤਾ ਜਿਹਦਾ ਕੋਈ ਖਾਬ ਵੀ ਨਾ ਦੇਖ ਸਕਦਾ ਹਾਂ। ਸ਼ਾਇਦ ਖਾਕਾਨ ਆਬਾਸੀ। ਰਹੀਮ ਮੀਰ ਖਾਨ ਸ਼ਦੀਦ ਗਰਮੀ ਸਿਆਸੀ ਦਰਜਾ ਤੇ ਵੀ ਜ਼ੋਰਾ ਥੇ। ਪੀਪਲਸ ਪਾਰਟੀ ਇੰਤਖਾਬੀ ਮੁਹਿੰਮ ਸ਼ੁਰੂ ਕਰਤੀ। ਪੀਪੀ ਦੇ ਉਮੀਦਵਾਰ ਕੌਮੀ ਅਸੈਂਬਲੀ ਹਲਕਾ NA 179 ਮੀਆਂ ਆਮਿਰ ਸ਼ਹਿਬਾਜ਼ ਦਾ ਮਖਦੂਮ ਉਸਮਾਨ ਮਹਿਮੂਦ ਨਾਲ ਮੁਖਤਲਿਫ ਇਲਾਕਿਆਂ ਦਾ ਦੌਰਾ। ਮਹਾਂਦਰਿਆਂ ਨਾਲ ਮੁਲਾਕਾਤਾਂ। ਮੁਲਤਾਨ ਸਾਈਬਰ ਕ੍ਰਾਈਮ ਦਾ ਇੱਕ ਬੀਆ ਕੇਸ ਸਾਹਮਣੇ ਆ ਗਿਆ। ਵਾਲਦਾ ਦੇ ਉਮਰੇ ਸੰਗੇ ਰਕਮ ਇਕੱਠੀ ਕਰਨ ਵਾਲਾ ਸ਼ਹਿਰੀ ਲੁੱਟੀ ਗਿਆ। ਬੈਂਕ ਦੀ ਹੈਲਪਲਾਈਨ ਤੋਂ ਕਾਲ ਆਈ, ਅਕਾਊਂਟ ਦਾ ਡੇਟਾ ਕਿਹਾ, ਕੁਝ ਹੀ ਦੇਰ ਬਾਅਦ ਪੈਸੇ ਟ੍ਰਾਂਸਫਰ ਸੀਗੇ। ਸ਼ਹਿਰੀ ਆਫਤਾਬ ਦੀ ਵਸੇਬ ਟਿਵੀ ਨਾਲ ਗਾਲ ਮੋਹਣ।